ਸਤਿ ਸ੍ਰੀ ਅਕਾਲ ਪੰਜਾਬੀ ਮੀਡੀਅਮ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪੀਟਪੀਐਸਬੀ ਜਾਨੀ ਕਿ ਪੰਜਾਬ ਸਬੋਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਵੱਲੋਂ 750 ਅਸਾਮੀਆਂ ਦੀ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੋ ਅੱਜ ਆਪਾਂ ਇਸ ਨੋਟੀਫਿਕੇਸ਼ਨ ਦੇ ਬਾਰੇ ਦੇ ਵਿੱਚ ਜਾਣਾਂਗੇ ਸੋ ਬਿਨਾ ਕਿਸੇ ਸਮੇਂ ਤੋਂ ਆਪਾਂ ਇਹ ਵੀਡੀਓ ਸ਼ੁਰੂ ਕਰਨ ਲੱਗਿਆਂ ਸੋ ਪੀਟ੍ਰੀਪਲ ਐਸਪੀ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਸ ਨੋਟੀਫਿਕੇਸ਼ਨ ਦਾ ਨੰਬਰ ਹੈ 042021 5 ਅਪ੍ਰੈਲ 2021 ਨੂੰ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਜਿਹੜੀ ਲਾਸਟ ਡੇਟ ਹੋਵੇਗੀ ਇਸ ਫਾਰਮ ਨੂੰ ਫਿਲ ਕਰਨ ਦੀ ਉਹ 26/4/2021 ਹੋਵੇਗੀ 5 ਵਜੇ ਤੱਕ ਸੋ ਹੁਣ ਆਪਾਂ ਦੇਖਦੇ ਹਾਂ ਇਹ ਨੋਟੀਫਿਕੇਸ਼ਨ ਦੇ ਵਿੱਚ ਕਿਹੜੀਆਂ ਪੋਸਟਾਂ ਦੇ ਬਾਰੇ ਗੱਲ ਕੀਤੀ ਗਈ ਹੈ ਸੋ ਇਹ ਜਿਹੜੀ ਨੋਟੀਫਿਕੇਸ਼ਨ ਹੈ ਇਸ ਦੇ ਮੁਤਾਬਿਕ ਲਾਇਬ੍ਰੇਰੀਅਨ ਰੱਖਣੇ ਹਨ 750 ਅਸਾਮੀਆਂ ਹਨ ਟੋਟਲ ਇਹ ਪੋਸਟ ਤੁਸੀਂ triplsb.punjab.gov.in ਨਾਮ ਦੀ ਵੈਬਸਾਈਟ ਦੇ ਉੱਪਰ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਸੋ ਆਪਾਂ ਨੋਟੀਫਿਕੇਸ਼ਨ ਦੇ ਵਿੱਚ ਕੈਟਾਗਰੀ ਵਾਈਜ਼ ਦੇਖ ਲੈਣੇ ਆ ਕਿ ਕਿਹੜੀਆਂ-ਕਿਹੜੀਆਂ ਅਸਾਮੀਆਂ ਦੇ ਲਈ ਕਿੰਨੀਆਂ ਪੋਸਟਾਂ ਹਨ ਸਭ ਤੋਂ ਪਹਿਲਾਂ ਜਨਰਲ ਕੈਟਾਗਰੀ ਦੇ ਲਈ ਟੋਟਲ 293 ਪੋਸਟਾਂ ਜਿਸ ਦੇ ਵਿੱਚੋਂ 83 ਜਿਹੜੀਆਂ ਹੋਣਗੀਆਂ ਉਹ वूमेन कैटेगरी ਦੇ ਲਈ ਰਿਜ਼ਰਵ ਹੋਣਗੀਆਂ ਇਸੇ ਤਰ੍ਹਾਂ ਐਸ ਸੀ ਐਮ ਬੀ ਦੇ ਵਿੱਚ 74 ਪੋਸਟਾਂ ਜਿਸ ਦੀਆਂ 30 ਪੋਸਟਾਂ ਜਿਹੜੀਆਂ ਹੋਣਗੀਆਂ ਉਹ ਵੂਮਨ ਕੈਟਾਗਰੀ ਦੇ ਲਈ ਰਿਜ਼ਰਵ ਹੋਣਗੀਆਂ ਇਸੇ ਤਰ੍ਹਾਂ ਆਪਾਂ ਸਾਰੀਆਂ ਪੋਸਟਾਂ ਦੇਖ ਲੈਣੇ ਆ ਵੱਖ-ਵੱਖਰੀ ਕੈਟਾਗਰੀ ਦੇ ਲਈ ਜਿਵੇਂ ਕਿ ਐਸ ਸੀ ਆਰਓ ਬੀ ਸੀ ਈ ਐਸ ਐਮ ਜਨਰਲ ਤੇ ਈ ਐਸ ਐਮ ਐਸ ਸੀ ਐਮ ਐਂਡ ਬੀ ਈ ਐਸ ਐਮ ਐਸ ਸੀ ਸੋ ਜਿਹੜੀਆਂ ਟੋਟਲ ਜੇਕਰ ਆਪਾਂ ਜੋੜੀਏ ਤਾਂ 750 ਪੋਸਟਾਂ ਆ ਰਹੀਆਂ ਹਨ ਜਿਸ ਦੇ ਵਿੱਚੋਂ 242 ਪੋਸਟਾਂ ਔਰਮੈਨ ਕੈਟਾਗਰੀ ਦੇ ਲਈ ਰਿਜ਼ਰਵ ਹੋਣਗੀਆਂ ਸੋ ਹੁਣ ਆਪਾਂ ਦੇਖ ਲੈਣੇ ਕਿ ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਸੋ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ +2 ਦੇ ਨਾਲ ਨਾਲ 2 ਸਾਲ ਦਾ ਡਿਪਲੋਮਾ ਜਿਹੜਾ ਕਿ ਲਾਇਬ੍ਰੇਰੀ ਸਾਇੰਸ ਦੇ ਵਿੱਚ ਹੋਣਾ ਜ਼ਰੂਰੀ ਹੈ ਇਸ ਡਿਪਲੋਮੇ ਤੋਂ ਬਿਨਾ ਤੁਸੀਂ ਇਹ ਫਾਰਮ ਫਿਲ ਨਹੀਂ ਕਰ ਸਕਦੇ ਇਹ ਫਾਰਮ ਫਿਲ ਕਰਨ ਦੇ ਲਈ ਕਟੋ ਕਟ ਆਪਾਂ ਨੂੰ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦਾ ਹੋਣਾ ਚਾਹੀਦਾ ਤੇ ਇਸ ਦੇ ਨਾਲ ਹੀ 10ਵੀਂ ਕਲਾਸ ਦੇ ਵਿੱਚ ਪੰਜਾਬੀ ਪੜ੍ਹੀ ਹੋਈ ਹੋਣੀ ਜ਼ਰੂਰੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਕਿੰਨੀ ਤਨਖਾਹ ਹੋਵੇਗੀ ਇਸ ਪੋਸਟ ਦੇ ਲਈ ਜਿਹੜੀ ਕੁੱਲ ਤਨਖਾਹ ਹੋਵੇਗੀ ਇਸ ਪੋਸਟ ਦੇ ਲਈ ਉਹ 25500 ਹੋਵੇਗੀ ਤੇ ਇਸ ਦੇ ਨਾਲ ਕੋਈ ਵੀ ਵੱਖਰੇ ਭੱਤੇ ਨਹੀਂ ਦਿੱਤੇ ਜਾਣਗੇ ਜਾਨੀ ਕਿ ਟੋਟਲ 25500 ਤੁਹਾਡੀ ਤਨਖਾਹ ਹੋਵੇਗੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਆਂ ਉਮਰ ਸੀਮਾ ਦੀ ਜਿਹੜੀ ਉਮਰ ਸੀਮਾ ਹੋਵੇਗੀ ਉਹ 18 ਤੋਂ 37 ਸਾਲ ਹੋਵੇਗੀ ਹੁਣ ਆਪਾਂ ਫੀਸ ਦੇਖ ਲੈਣੇ ਆ ਕਿ ਕਿੰਨੀ ਫੀਸ ਹੋਵੇਗੀ ਇਸ ਫੋਸਟ ਨੂੰ ਅਪਲਾਈ ਕਰਨ ਦੇ ਲਈ ਜਨਰਲ ਕੈਟਾਗਰੀ 1000 ਰੁਪਏ ਇਸ ਦੇ ਨਾਲ ਹੀ ਐਸਸੀ, ਬੀਸੀ ਤੇ ਈਡਬਲਯੂਐਸ ਕੈਟਾਗਰੀ ਦੇ ਲਈ 250 ਰੁਪਏ ਤੇ ਸਾਬਕਾ ਫੌਜੀ ਤੇ ਆਸ਼ਰਿਤ ਦੇ ਲਈ 200 ਰੁਪਏ ਤੇ ਅੰਗਹੀਨ ਦਿਵਿਆਂਗਾ ਦੇ ਲਈ 500 ਰੁਪਏ ਫੀਸ ਹੋਵੇਗੀ ਸੋ ਇਹ ਜਿਹੜੀ ਨਵੀਂ ਨੋਟੀਫਿਕੇਸ਼ਨ ਹੈ ਪੀਟ੍ਰੀਪਲਸ ਬੀ ਬੋਰਡ ਦੀ ਜਿਹੜੀ ਅਫੀਸ਼ੀਅਲ ਸਾਈਟ ਹੈ ਉਸ ਤੇ ਉੱਪਰ ਪਾ ਦਿੱਤੀ ਗਈ ਹੈ ਤੇ ਜੇਕਰ ਇਸ ਦੇ ਰਿਲੇਟਡ ਤੁਸੀਂ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ نیچے ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਨੋਟੀਫਿਕੇਸ਼ਨ ਦਾ ਅਫੀਸ਼ੀਅਲ ਜਿਹੜਾ ਲਿੰਕ ਹੋਵੇਗਾ ਉਹ ਇਸ ਵੀਡੀਓ ਦੇ نیچے ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਿੱਤਾ ਜਾਵੇਗਾ ਸੋ ਮੈਨੂੰ ਉਮੀਦ ਹੈ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਸੇ ਤਰ੍ਹਾਂ ਪੰਜਾਬ ਜਾਂ ਫਿਰ ਸੈਂਟਰ ਦੀਆਂ ਅਲੱਗ-ਅਲੱਗ ਪੋਸਟਾਂ ਦੇ ਬਾਰੇ ਦੇ ਵਿੱਚ ਨੋਟੀਫਿਕੇਸ਼ਨ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਸੋ ਸਸ਼ੀਕਾਲ